মানুষকে গেল মাল মাল্লা করদ ঠিক আছে মানুষকে গেল তে মাল্লা করদ এই দোহো টিমাঁ দা জিহড়া মুকাবলা ইস ওয়াক্ত ਇਹ ਗਰਾਊਂਡ ਦੇ ਵਿੱਚ ਸ਼ੁਰੂ ਕਰਵਾਇਆ ਜਾ ਰਿਹਾ ਹੈ ਚੋਟੀ ਦੀਆਂ ਟੀਮਾਂ ਪੁੱਜੀਆਂ ਨੇ ਅੱਜ ਇਸ ਤਨ ਤਨ ਸ਼੍ਰੀ ਮਾਨ 108 ਸੰਤ ਬਾਬਾ ਜਾਗਰ ਸਿੰਘ ਜੀ ਦੀ ਯਾਦ ਦੇ ਵਿੱਚ ਸਤਮਾ ਇਹ ਕਬੱਡੀ ਦਾ ਖੇਡ ਮੇਲਾ ਸਮੁੱਚੇ ਨਗਰ ਦੇ ਸੰਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਗ੍ਰਾਮ ਪੰਚਾਇਤ ਨਗਰ ਨਿਵਾਸੀ ਵੀਰ ਸਾਡੇ ਐਨਆਰਆਈ ਭਰਾ ਜਿਨ੍ਹਾਂ ਦਾ ਮਹਾਨ ਉਦਮ ਹੈ ਸਰਦਾਰ ਅਵਤਾਰ ਸਿੰਘ ਜੀ ਲੰਗੇੜਾ ਹਾਂਗਕਾਂਗ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਸਾਡੇ ਵੀਰ ਜੁਗਰਾ ਸਿੰਘ ਜੀ ਮਾਲਾ ਵੱਡੇ ਮਾਨ ਦੇਗੇ ਨੇ ਬਹੁਤ ਬਹੁਤ ਧੰਨਵਾਦ ਸਾਡੇ ਇਹਨਾਂ ਸਾਰੇ ਖੇਡ ਪ੍ਰਮੋਟਰ ਵੀਰ ਜੁਗਰਾਜ ਮਾਲਾ ਜੀ ਮਾਲਾ ਖੁਰਦ ਤੇ ਮਾਨੁਕ ਕੇ ਗਿੱਲ ਇਹ ਟੀਮਾਂ ਜਲਦੀ ਤੋਂ ਜਲਦੀ ਆਪਣਾ ਮੈਚ ਸ਼ੁਰੂ ਕਰ ਲੈਣ ਮਾਲਾ ਖੁਰਦ ਤੇ ਮਾਨੁਕ ਕੇ ਗਿੱਲ ਇਰਾ ਗਲੀ ਵਾਲਾ ਸਾਰੀਆਂ ਲਾਈਨਾਂ ਤੇ ਕਲੀ ਪਾ ਦੇ ਮਿੱਤਰਾ ਬੈਕ ਸਾਈਡ ਵੀ ਇਧਰਲੇ ਪਾਸੇ ਵੀ ਕਲੀ ਪਾ ਵੱਟੀਆਂ ਸਵਾਵਾਂ ਧੰਨਵਾਦ ਹੀਰਾ ਗਲੀ ਵਾਲਾ ਕਲ ਕਲਮ ਵਾਲਾ ਬਲਦੇਵ ਚੰਦ ਨਵੇਂ ਵਾਲਾ ਸਾਡਾ ਹੈਂਡੀਕੈਪਟ ਵੀਰ ਪੁੱਜਿਆ ਇਹਦਾ ਵੀ ਵੱਧ ਤੋਂ ਵੱਧ ਮਦਦ ਕਰੋ ਇਸ ਗਰੀਬ ਠੀਕ ਹੈ ਜੀ ਚੌਥੇ ਰਾਉਂਡ ਦੇ ਜਿਹੜੇ ਮੈਚਾਂ ਦੀਆਂ ਪ੍ਰਬੰਧਕਾਂ ਵੱਲੋਂ ਤਾਈਆਂ ਕੱਢ ਦਿੱਤੀਆਂ ਗਈਆਂ ਖੋਸਾ ਰਣਤੀਰ ਤੇ ਦੱਦਾ ਹੂਰ ਮਾਨੁਕੇ ਗਿੱਲ ਦੀ ਟੀਮ ਜਲਦੀ ਆਵੇ ਇੱਕ ਮਿੰਟ ਦਾ ਸਮਾਂ ਜੀ ਮਾਨੁਕੇ ਗਿੱਲਾਂ ਨੂੰ ਜਲਦੀ ਤੋਂ ਜਲਦੀ ਖਿਡਾਰੀ ਪਹੁੰਚ ਜਾਣ ਮਾਨੁਕੇ ਗਿੱਲ ਕਿਰਪਾ ਕਰਕੇ ਖਿਡਾਰੀ ਇੱਕੋ ਮਿੰਟ ਤੇ ਗਰਾਊਂਡ 'ਚ ਪਹੁੰਚਣ ਖੋਸਾ ਰਣਤੀਰ ਤੇ ਦੱਦਾ ਹੂਰ ਖੁਖਰਾਣਾ ਤੇ ਵਕੀਲਾਂ ਵਾਲਾ ਭਲੂਰ ਤੇ ਮਾਲਾ ਕਲਾਕ ਇਹ ਵੀ ਟੀਮਾਂ ਅਗਲੇ ਮੈਚ ਲਈ ਤਿਆਰੀਆਂ ਖਿੱਚ ਲਓ ਮੇਰੇ ਵੀਰ ਖੋਸਾ ਰਣਦੀਪ ਤੇ ਦੱਦਾ ਹੋਰ ਮਾਨੁਕੇ ਗਿੱਲਾਂ ਨੂੰ ਅਸੀਂ ਕੱਟਣ ਲੱਗੇ ਜਲਦੀ ਪਹੁੰਚਣ ਖਿਡਾਰੀ ਮਾਨੁਕੇ ਗਿੱਲ ਮਾਨੁਕੇ ਗਿੱਲ ਜਲਦੀ ਤੋਂ ਜਲਦੀ ਪਲੇਅਰ ਗਰਾਊਂਡ ਦੇ ਵਿੱਚ ਆ ਜਾਣ ਮਾਨੁਕੇ ਗਿੱਲ ਤੇ ਮਾਲਾ ਖੁਰਦ ਖੋਸਾ ਰਣਤੀਰ ਤੇ ਦੱਦਾ ਹੋਰ ਇਹ ਦੋਹੋ ਟੀਮਾਂ ਵੇਟਿੰਗ ਰੂਮ ਦੇ ਅੱਜ ਆ ਕੇ ਰੁਕ ਜਾਣ ਖੋਸਾ ਰਣਤੀਰ ਤੇ ਦੱਦਾ ਹੋਰ ਮਾਨੁਕੇ ਦੀ ਟੀਮ ਨੂੰ ਅਸੀਂ ਬੇਨਤੀ ਕਰਦੇ ਖਿਡਾਰੀ ਜਲਦੀ ਤੋਂ ਜਲਦੀ ਆਉਣ ਮਾਨੁਕੇ ਗਿੱਲ ਆਓ ਮੇਰੇ ਮਿੱਤਰੋ ਮੈਦਾਨੇ ਮਿੱਤਰੋ ਚੋਟੀ ਦੀਆਂ ਟੀਮਾਂ ਨੇ ਕਲੱਬਾਂ ਜਿਹੜੀਆਂ ਅੱਜ ਇਸ ਖੇਡ ਮੇਲੇ ਤੇ ਪੁੱਜੀਆਂ ਨੇ ਸਾਰੇ ਪੁੱਜੇ ਹੋਏ ਦਰਸ਼ਕ ਵੀਰਾਂ ਦਾ ਖਿਡਾਰੀ ਵੀਰਾਂ ਦਾ ਸਮੁੱਚੇ ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਸਭ ਦਾ ਹਾਰਦਿਕ ਸਵਾਗਤ ਬਹੁਤ ਬਹੁਤ ਧੰਨਵਾਦ ਵੱਡੀ ਗਿਣਤੀ ਵਿੱਚ ਪੁੱਜੇ ਨੇ ਸਾਡੇ ਪ੍ਰਵਾਸੀ ਪੰਜਾਬੀ ਵੀਰ ਸਭ ਨੂੰ ਜੀ ਆਇਆਂ ਆਖਦੇ ਆ ਇਸ ਇਲਾਕੇ ਦੀਆਂ ਮੋਹਤਬਰ ਹਸਤੀਆਂ ਮਾਨੁਕੇ ਗਿੱਲ ਤੇ ਮਾਲਾ ਖੁਰਦ ਟੀਮਾਂ ਟਾਸ ਕਰਵਾਓ ਜਲਦੀ ਤੋਂ ਜਲਦੀ ਸਾਡੇ ਬਲਵੀਰ ਸਿੰਘ ਜੀ ਪੰਗੋ ਜੈਮਨ ਵਾਲੇ ਤੋਂ ਰਜਿੰਦਰ ਸਿੰਘ ਜੀ ਸਾਡੇ ਕਲੱਬ ਪ੍ਰਧਾਨ ਸਾਰੇ ਸਤਿਕਾਰਯੋਗ ਵੀਰ ਨੇ ਵੱਡੇ ਮਹਾਨ ਇਹਨਾਂ ਨੇ ਦਾਨੀ ਵੀਰਾਂ ਦਾ ਧੰਨਵਾਦ ਕਰਦੇ ਆ ਖੋਸਾ ਰਣਤੀਰ ਤੇ ਦੱਦਾ ਹੋਰ ਇਹ ਵੀ ਦੋਹੋ ਟੀਮਾਂ ਦੇ ਖਿਡਾਰੀ ਬਾਈ ਜੀ ਵੇਟਿੰਗ ਰੂਮ ਦੇ ਵਿੱਚ ਆ ਜਾਣ ਖੋਸਾ ਰਣਤੀਰ ਤੇ ਦੱਦਾ ਹੋਰ ਦਾ ਅਗਲਾ ਮੈਚ ਖੁਖਰਾਣਾ ਤੇ ਵਕੀਲਾਂ ਵਾਲਾ ਭਲੂਰ ਤੇ ਮਾਲਾ ਕਲਾਂ ਸਾਰੀਆਂ ਟੀਮਾਂ ਤਿਆਰੀ ਖਿੱਚ ਲਓ ਖੋਸਾ ਰਣਤੀਰ ਤੇ ਦੱਦਾ ਹੋਰ ਦੇ ਖਿਡਾਰੀ ਗਰਾਊਂਡ ਦੇ ਨੇੜੇ ਆ ਜਾਣ ਅਗਲੇ ਮੈਚ ਲਈ ਮਾਨੁਕੇ ਗਿੱਲ ਤੇ ਮਾਲਾ ਖੁਰਦ ਇਹ ਟੀਮਾਂ ਟਾਸ ਕਰਨ ਮਾਨੁਕੇ ਗਿੱਲ ਤੇ ਮਾਲਾ ਖੁਰਦ ਮਾਨੁਕੇ ਗਿੱਲ ਤੇ ਮਾਲਾ ਖੁਰਦ 11 ਤੇ 12 ਤਰੀਕ ਨੂੰ ਤਨ ਤਨ ਸੰਤ ਬਾਬਾ ਨਛੱਤਰ ਸਿੰਘ ਜੀ ਸੱਚਖੰਡ ਵਾਸੀ ਚੰਦ ਪੁਰਾਣੇ ਦੀ ਧਰਤੀ ਤੇ ਜਿੱਥੇ 12 ਤਰੀਕ ਨੂੰ ਅਕੈਡਮੀਆਂ ਦੇ ਮੈਚ ਹੋਣਗੇ 11 ਤਰੀਕ ਨੂੰ ਪਿੰਡ ਵਾਰ ਓਪਨ ਕਲੱਬਾਂ ਦੇ ਮੁਕਾਬਲੇ ਹੋਣਗੇ 17 18 ਤੇ 19 ਤਰੀਕ ਨੂੰ ਸੱਦਾ ਸਿੰਘ ਵਾਲੇ ਜਿੱਥੇ ਕਬੱਡੀ 65 ਕਿਲੋ ਤੇ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਸਾਡਾ ਗੁਰਮੇਲ ਸਿੰਘ ਜੀ ਸੰਧੂ ਪੁੱਜੇ ਹੋਏ ਨੇ ਸਾਡੇ ਵੀਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ 13 14 ਨੂੰ ਮਨਸੂਰ ਵਾਲ ਕਲਾਂ ਸਾਰੇ ਖਿਡਾਰੀ ਵੀਰ ਵੱਧ ਤੋਂ ਵੱਧ ਪੁੱਜਣ 70 ਓਪਨ ਦੇ ਮੈਚ ਹੋਣਗੇ ਸਾਰੀਆਂ ਟੀਮਾਂ ਨੂੰ ਸੱਦੇ ਦੇ ਰਹੇ ਨੇ ਸਾਡੇ ਪ੍ਰਬੰਧਕ ਵੀਰ ਖੋਸਾ ਰਣਤੀਰ ਤੇ ਦੱਦਾ ਹੋਰ ਇਹ ਟੀਮਾਂ ਬਾਈ ਜੀ ਵੇਟਿੰਗ ਰੂਮ ਚ ਆ ਕੇ ਰੁਕ ਜਾਣ ਖੋਸਾ ਰਣਤੀਰ ਤੇ ਦੱਦਾ ਹੋਰ ਤਿਆਰ ਕਰਕੇ ਖੇਡ ਗਰਾਊਂਡ ਦੇ ਨੇੜੇ ਆ ਜਾਓ ਖਿਡਾਰੀ ਹਾਂਜੀ ਹੈਲੋ ਹੈਲੋ
ਬਲਵਿੰਦਰ ਪਟਿਆਲ ਤੋਂ ਜਿੱਥੇ ਵੀ ਸਾਡੀ ਆਵਾਜ਼ ਸੁਣਦਾ ਸਟੇਜ ਦੇ ਮੂਹਰੇ ਪਹੁੰਚਣ ਦੀ ਕਿਰਪਾਲਤਾ ਕਰੇ। ਨਿਰਮਲ ਸਿੰਘ ਖਾਲਸਾ ਉਹਨਾਂ ਦਾ ਰਿਸ਼ਤੇਦਾਰ ਬਲਵਿੰਦਰ ਪਟਿਆਲ ਤੋਂ ਜਿੱਥੇ ਵੀ ਸਾਡੀ ਆਵਾਜ਼ ਸੁਣਦਾ ਸਟੇਜ ਦੇ ਮੂਹਰੇ ਪਹੁੰਚਣ ਦੀ ਕਿਰਪਾਲਤਾ ਕਰੇ। ਨਿਰਮਲ ਸਿੰਘ ਖਾਲਸਾ ਉਹਨਾਂ ਦਾ ਰਿਸ਼ਤੇਦਾਰ। ਲਓ ਮਾਣੂਕੇ ਦੀ ਜਿਹੜੀ ਟੀਮ ਹੈ ਉਹ ਖੇਤਾਂ ਵਾਲੀ ਸਾਈਡ ਚਲੀ ਗਈ ਹੈ, ਮਾਣੂਕੇ ਦੀ ਟੀਮ ਤੇ ਮਾਲਾ ਖੁਰਦ ਸਕੂਲ ਵਾਲੀ ਸਾਈਡ ਝੰਡਿਆਣੀਆਂ ਰਵੀ ਪਹਿਲੀ ਕਬੱਡੀ ਦੇਖਦੇ ਵੀ ਮਾਲੇ ਖੁਰਦ ਦੀ ਤਰਫੋਂ ਤੇ ਸੋਨਾ ਘਾਲੀ ਕੋਸ਼ਿਸ਼ ਕਰਦਾ ਹੋਇਆ ਡੱਕਣ ਦੀ ਦੇਖਦੇ ਵੀ ਪੂਰਾ ਜ਼ੋਰ ਦਾ ਇਹ ਜੱਪਾ ਤੇ ਪੁਆਇੰਟ ਨੌਜਵਾਨ ਰਵੀ ਝੰਡਿਆਣੀਆਂ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਭੀਮ ਪਾ ਕਬੱਡੀ। ਅਗਲੀ ਕਬੱਡੀ ਮਾਣੂਕੇ ਦਾ ਭੀਮ ਮੇਰੇ ਵੀਰੋ ਸਰਦਾਰ ਸਾਧੂ ਸਿੰਘ ਦਾ ਸਖਾਂਦਰੂ ਆ ਦੇਖਦੇ ਵੀ ਹਰਜੀਤ ਫਰੈਂਡ ਅਕੈਡਮੀ ਪੱਤੋ ਹੀਰਾ ਸਿੰਘ ਦਾ ਟੌਪ ਦਾ ਧਾਵੀ ਤਾਂ ਸਾਹਮਣੇ ਕਬੱਡੀ 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 ਕਰਦਾ ਹੋਇਆ ਚਾਰ ਜਾਪੀ ਨੇ ਮਾਲੇ ਖੁਰਦ ਦੇ ਜਗਰਾਸ ਖੋਸਾ ਰਣਧੀਰ ਤੇ ਦੱਦਾ ਹੋਰ ਤਿਆਰੀਆਂ ਕਿਤਲੋ ਮੇਰੇ ਵੀਰੇ ਅਗਲੇ ਮੈਚ ਲਈ। ਖੋਸਾ ਰਣਧੀਰ ਤੇ ਦੱਦਾ ਹੋਰ ਖੁਖਰਾਣਾ ਤੇ ਵਕੀਲਾਂ ਵਾਲਾ ਕਸ ਲੈਣ ਨਾਰਾ ਭਗੇਲੇ ਦੀ ਧਰਤੀ ਦਾ ਲਾਓ ਦੇਖਦੇ ਵੀ ਨਸਤ ਧਾਵੀ ਸਾਹਮਣੇ ਬੋਲਿਆ ਹੈ ਧਾਵਾ ਮੇਰੇ ਵੀਰੋ ਕਿੱਥੋਂ ਦੇ ਸਕਦੇ ਹੋ ਸੋਹਣਾ ਦਾ ਵੱਡਾ ਨਾਂ ਮੇਰੇ ਵੀਰੋ ਲਾਓ ਸਾਹਮਣੇ ਨਾਰਾ ਭਗੇਲੇ ਪਿੰਡ ਦਾ ਤੇ ਦੂਸਰੇ ਪਾਸੇ ਦੇਖਦੇ ਵੀ ਨੌਜਵਾਨ ਜਾਪੀ ਅਸਤ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਮਾਣੂਕੇ ਗਿੱਲ ਵਾਲਾ ਔਰ ਪੁਆਇੰਟ ਨੌਜਵਾਨ ਧਾਵੀ ਦੇ ਖਾਤੇ ਜੁੜ ਚੁੱਕਿਆ ਹੈ। ਚੱਲ ਵੀ ਕਪੂਰਾ ਪਾਕ ਵੱਡੀ ਮਾਣੂਕੇ ਗਿੱਲ ਤੇ ਮਾਲਾ ਖੁਰਦ ਦੋਹੋਂ ਟੀਮਾਂ ਦਾ ਇੱਕ ਇੱਕ ਪੁਆਇੰਟ ਬੜਾ ਕੀਮਤੀ ਹੋਵੇਗਾ। ਲਾਓ ਸਾਹਮਣੇ ਫਿਰ ਵਧਿਆ ਅੱਗੇ ਹੌਸਲੇ ਬੁਲੰਦ ਨੇ ਪੰਜਾਬ mankabaddi.com ਵਾਲੇ ਸਾਰਾ ਜਿਹੜਾ ਦਾ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਲਾਈਵ ਪ੍ਰੋਗਰਾਮ ਇਹ ਚੱਲ ਰਿਹਾ ਟੈਲੀਕਾਸਟ। ਲਓ ਸਾਹਮਣੇ ਹੋਇਆ ਮੁਕਾਬਲਾ ਹਲਕੇ ਦੇ ਸੰਘਰਸ਼ ਦੇ ਨਾਲ ਧਾਵੀ ਭੱਜਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੇ ਪੁਆਇੰਟ ਜਿਹੜਾ ਇਸ ਵਕਤ ਨੌਜਵਾਨ ਧਾਵੀ ਦੇ ਖਾਤੇ ਜੁੜ ਚੁੱਕਿਆ ਹੈ। ਚੰਡੀਆਣੀਆਂ ਰਵੀ ਅਮਰਜੀਤ ਸਿੰਘ ਜੀ ਪੰਗੂ ਠੀਕ ਹੈ ਜੀ ਅਮਰਜੀਤ ਸਿੰਘ ਜੀ ਯੂਐਸਏ ਵੈਲਕਮ ਸੌਣ ਜੀਰਾ ਮਾੜਾ ਜਿਹਾ ਇਹਨੂੰ ਨਸ਼ਾ ਪੱਤਾ ਖਵਾਓ ਕਿਉਂ ਕਰੋ ਡਾਉਣ ਪੈ ਗਿਆ ਮੈਚ ਤਾਂ ਹੁਣ ਵੇਖਣ ਵਾਲੇ ਆ ਠੀਕ ਹੈ ਜੀ ਅਮਰਜੀਤ ਸਿੰਘ ਜੀ ਪੰਗੂ ਯੂਐਸਏ ਵਾਲੇ ਲੁਧਿਆਣਾ ਗੁਰਦੀਪ ਸਿੰਘ ਜੀ ਯੂਐਸਏ ਪੇਖਾ ਇਹਨਾਂ ਦੋਹਾਂ ਸੱਜਣਾਂ ਵੱਲੋਂ ਸਾਡੇ ਪੁਰਾਣੇ ਕਬੱਡੀ ਖਿਡਾਰੀ ਖੋਸਿਆਂ ਵਾਲੇ ਜਿੱਤੇ ਦੇ ਲਈ 500 ਰੁਪਇਆ ਮਾਨ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਮਰਜੀਤ ਸਿੰਘ ਜੀ ਨਾਲ ਸਾਡੇ ਗੁਰਦੀਪ ਸਿੰਘ ਜੀ ਯੂਐਸਏ ਵਾਲੇ ਬਹੁਤ ਬਹੁਤ ਮਿਹਰਬਾਨੀ ਜੀ। ਲਓ ਸਾਹਮਣੇ ਮਾਣੂਕਿਆਂ ਵਾਲਾ ਭੀਮ ਆ ਗਿਆ ਇਹ ਗੱਭਰੂ ਦੇਸ਼ ਪੰਜਾਬ ਦੇ ਉੜਜੂ ਕਰਦੇ ਨੇ ਮਿਰਗਾਂ ਵਰਗੀ ਚਾਲ ਹੌਸਲੇ ਸ਼ੇਰਾਂ ਵਰਗੇ ਨੇ ਮਾਣੂਕਿਆਂ ਵਾਲਾ ਭੀਮ ਤੇ ਦੇਖਦੇ ਵੀ ਚਾਰ ਜਾਪੀ ਨੇ ਮਾਲੇ ਖੁਰਦ ਦੀ ਧਰਤੀ ਤੇ ਮੇਰੇ ਵੀਰੋ ਦੇ ਕਿਹੜਾ ਨਜ਼ਰ ਡੱਕ ਕੇ ਦਿਖਾਵੇਗਾ ਪਾਓ ਗੱਭਰੂਆ ਹਲਕੀ ਜੀ ਕੀਤੀ ਹੋਈ ਕੋਸ਼ਿਸ਼ ਨੌਜਵਾਨ ਮਾਲੇ ਵਾਲੇ ਦੀ ਤੇ ਪੁਆਇੰਟ ਇਸ ਵਕਤ ਮਾਣੂਕਿਆਂ ਵਾਲੇ ਭੀਮ ਦੇ ਖਾਤੇ ਜੁੜ ਚੁੱਕਿਆ ਹੈ। ਨਾਰਾ ਅਗਲੇਰੀ ਕਬੱਡੀ ਪਹੁੰਚ ਲਈ ਫਿਰ ਦੇਖਦੇ ਵੀ ਵਧਿਆ ਨੌਜਵਾਨ ਧਾਵੀ ਦੇਖਦੇ ਵੀ ਸ਼ੀਸ਼ੇ ਦੇ ਛਾਤੀ ਨੂੰ ਹਰੇਕ ਤਣਦਾ ਹੈ ਘਰ ਵਿੱਚ ਦਾਰਾ ਸਿਓ ਹਰੇਕ ਬਣਦਾ ਹੈ ਜਦੋਂ ਪੈਂਦਾ ਹੈ ਮੈਦਾਨ ਵਿੱਚ ਵਾਹ ਜੋਦੇ ਆ ਤੇ ਫਿਰ ਲੈਂਦੇ ਨੇ ਬਗਾਨੇ ਪੁੱਤ ਢਾ ਜੋਦੇ ਆ ਤੇ ਚਾਹੀਦੀ ਪਲਾਨ ਜਿਹੀ ਹੱਡੀ ਲੰਘੇ ਆਣੀਆਂ ਸੌਖੀ ਨਹੀਂ ਉਹ ਖੇਡਣੀ ਕਬੱਡੀ ਲੰਘੇ ਆਣੀਆਂ ਸੌਖੀ ਨਹੀਂ ਉਹ ਖੇਡਣੀ ਕਬੱਡੀ ਲੰਘੇ ਆਣੀਆਂ ਸੋਨਾ ਘਾਲੀ ਕੋਸ਼ਿਸ਼ ਕਰਦਾ ਡੱਕਣ ਦੀ ਪਰ ਪੁਆਇੰਟ ਜਿਹੜਾ ਇਹ ਨੌਜਵਾਨ ਬਗੇਲੇ ਵਾਲੇ ਨਾਰੇ ਦੇ ਖਾਤੇ ਜੁੜ ਚੁੱਕੇ ਆ। ਚੱਲ ਵੀ ਕਪੂਰਾ ਪਾਕ ਵੱਡੀ ਦੇਖਦੇ ਵੀ ਮਾਲਾ ਤੇ ਮਾਣੂਕੇ ਗਿੱਲ ਦੋਹੋਂ ਟੀਮਾਂ ਦਾ ਅਸਰ ਕਬੱਡੀ ਦੀ ਡਾਂਗ ਖੜਕਦੀ ਮੇਰੇ ਵੀਰੋ ਅੱਜ ਸਾਰਾ ਭੇਖਾ ਨਗਰ ਵਧਾਈ ਦਾ ਪਾਤਰ ਹੈ ਦੇਖਦੇ ਵੀ ਪੂਰੇ ਇਲਾਕੇ ਭਰ ਦੀਆਂ ਟੀਮਾਂ ਚੋਟੀ ਦੀਆਂ ਕਲਬਾਂ ਇੱਥੇ ਪੁੱਜੀਆਂ ਹੋਈਆਂ ਨੇ ਤਾਂ ਉਹ ਸਾਹਮਣੇ ਨੌਜਵਾਨ ਮਾਲੇ ਦੀ ਧਰਤੀ ਦਾ ਜਾਪੀ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਭੋਨੀ ਮਾਲੇ ਪਿੰਡ ਦਾ ਤੇ ਪੁਆਇੰਟ ਜਿਹੜਾ ਇਸ ਵਕਤ ਇਹ ਮਾਣੂਕੇ ਗਿੱਲ ਦੇ ਤਾਵੀ ਹਿੱਸੇ ਜੁੜਦਾ ਹੋਇਆ ਅਗਲਾ ਮੈਚ ਹੋਵੇਗਾ ਖੋਸਾ ਰਣਧੀਰ ਤੇ ਦੱਦਾ ਹੋਰ ਟੀਮਾਂ ਵੇਟਿੰਗ ਲਈ ਆ ਕੇ ਰੁਕ ਜਾਣ ਖੋਸਾ ਰਣਧੀਰ ਤੇ ਦੱਦਾ ਹੋਰ ਕਿਰਪਾ ਕਰਕੇ ਖਿਡਾਰੀ ਗਰਾਊਂਡ ਦੇ ਨੇੜੇ ਪਹੁੰਚ ਜਾਣ ਖੁਖਰਾਣਾ ਤੇ ਵਕੀਲਾਂ ਵਾਲਾ ਇਹ ਵੀ ਤਿਆਰੀਆਂ ਕਿਤਲੋ ਮੇਰੇ ਵੀਰ ਖੁਖਰਾਣਾ ਵਰਸਜ ਵਕੀਲਾਂ ਵਾਲਾ ਮਾਲਾ ਕਲਾਂ ਤੇ ਭਲੋਰ ਸਾਰੀਆਂ ਟੀਮਾਂ ਬਿਲਕੁਲ ਤਿਆਰ ਰਹਿਣ ਜਿਹੜੀ ਟੀਮ ਲੇਟ ਹੋਵੇਗੀ ਉਹਦੀਆਂ ਉਹਨੀਆਂ ਕਬੱਡੀਆਂ ਘੱਟ ਜਾਣਗੀਆਂ ਇਹ ਸਾਰੇ ਖਿਡਾਰੀ ਨੋਟ ਕਰ ਲੈਣ ਜਿਹੜੀ ਟੀਮ ਲੇਟ ਹੋਊਗੀ ਉਹਨੂੰ ਕਬੱਡੀਆਂ ਘੱਟ ਮਿਲਣਗੀਆਂ ਸਾਰੇ ਖਿਡਾਰੀ ਇਸ ਕਰਕੇ ਸਮੇਂ ਸਿਰ ਪਹੁੰਚ ਜਾਣ ਲਓ ਚੰਡਿਆਣੀਆਂ ਰਵੀ ਬਈ ਵਾਹ ਕੀ ਫੈਸਲਾ ਗੁਰਜੀਤ ਸਿੰਘ ਨਹੀਂ ਰਿਸਾ ਔਰ ਮਾਲੇ ਦੀ ਟੀਮ ਦਾ ਔਰ ਅਗਲਾ ਮੈਚ ਖੋਸਾ ਰਣਧੀਰ ਤੇ ਦੱਦਾ ਹੋਰ ਬਿਲਕੁਲ ਟੀਮਾਂ ਤਿਆਰੀ ਦੇ ਖਿੱਚ ਕੇ ਗਰਾਊਂਡ ਦੇ ਨੇੜੇ ਆ ਜਾਣ ਸਰਦਾਰ ਬਲਵੀਰ ਸਿੰਘ ਜੀ ਪੰਗੂ ਸਾਹਿਬ ਨਾਲ ਜਗਸੀਰ ਸਿੰਘ ਜੀ ਸਰਪੰਚ ਨਵਾਂ ਰਕੇਸ਼ ਸਿੰਘ ਜੀ ਪੇਖਾ ਜਗਜੀਤ ਸਿੰਘ ਜੀ ਸਾਬਕਾ ਸਰਪੰਚ ਪੇਖੇ ਵਾਲੇ ਸਾਰੇ ਸਤਿਕਾਰਯੋਗ ਹਸਤੀਆਂ ਨੇ ਲਓ ਸਾਹਮਣੇ ਵੇਖਦੇ ਵੀ ਇਸ ਵਕਤ ਜਗਰਾਜ ਸਿੰਘ ਮਾਲੇ ਦਾ ਪਿੰਡੂ ਇਹ ਬੋਨੇ ਹਲਕੀ ਜੀ ਕੋਸ਼ਿਸ਼ ਕਰਦਾ ਹੋਇਆ ਡੱਕਣ ਦੀ ਪੁਆਇੰਟ ਨੌਜਵਾਨ ਤਾਵੀ ਦੇ ਖਾਤੇ ਜੁੜ ਚੁੱਕਿਆ ਖੋਸਾ ਰਣਧੀਰ
ते दद्दा हुर बघेले दा नारा कि बड़ा मशहूर चार सिंह मेंबर ਸਾਡੇ ਚੰਦ ਸਿੰਘ ਜੀ ਸੁਸਾਇਟੀ ਪ੍ਰਧਾਨ ਵੱਡੇ ਮਾਨ ਦੇ ਗਏ ਨੇ ਬਹੁਤ ਬਹੁਤ ਧੰਨਵਾਦ ਅਮਰਜੀਤ ਸਿੰਘ ਯੂਐਸਏ ਵਾਲੇ ਗੁਰਦੀਪ ਸਿੰਘ ਜੀ ਯੂਐਸਏ ਵਾਲੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਲਓ ਸੋਨਾ ਘਾਲੀ ਤੇ ਨਾਰਾ ਭਗੇਲੇ ਪਿੰਡ ਦਾ ਔਰ ਪੁਆਇੰਟ ਆਪਣੇ ਟੀਮ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਗੱਭਰੂਗਾ ਪਾਕ ਕਬੱਡੀ ਦੇਖਦੇ ਵੀ ਦੋਹੋਂ ਟੀਮਾਂ ਦਾ ਬੜਾ ਵਧੀਆ ਇਹ ਮੁਕਾਬਲਾ ਹੈ ਪਿੰਡਵਾਰ ਓਪਨ ਟੀਮਾਂ ਖੋਸਾ ਰਣਦੇਵ ਤੇ ਦੱਦਾ ਹੋਰ अकबाल मुसाफर कनेडा सोना जिन्हें भी जप्पे लावेगा हरेक जप्पे का 100 रुपया दे लई स्पेशल प्राइज होगा अकबाल सिंह जी मुसाफर कनेडा वाले साढ़े कोले पुजे ने वीर हरेक जप्पे का 100 रुपया मान होगा सोने घाली दे लई और देखते भी माणू के गिल ते माला खुरद दोहो टीमां दी असां तक कबड्डी दी जंग मेरे वीरो असां खेड मुकाबले दे विच चलदा होया मैच चंडियाणियां रवि अगलेरी कबड्डी पाउण लई तैयार ने खिचदा है और देखते भी नौजवान तावी चंडियाणे दी धरती दा रवि मेरे वीरो माले लई अगलेरी कबड्डी पा रहे चार जापी ने सोना काली टॉप दा जापी है नंजे हुणी पुज्जे ने साडे वीर सुख काली नूं मान है मास्टर दविंदर सिंह पेखेवाल दा सखांदरू देखते भी चौहां दी घुमदी होई चैन ते दो नंबर तों वज्जी होई खाते जुड़ चुके हैं अगला मुकाबला खोसा रणधीर ते दद्दा होर टीमां बाजी समय से आ जाए जो खिलाड़ी लेट हो उस टीम दीयां कबड्डियां कट दित्तियां जाण खिलाड़ी अगले मैच लई खोसा रणधीर ते दद्दा होर खुखराणा ते वकीलां वाला पलूर ते महला कलां देखदे वी भीम माणू के गिल दा ते चार जापी ने माले खुरद दे जगराज बराड दे पिंडू मेरे वीरो नौजवान जापी डकन दी कोशिश कर रहा है ते पॉइंट इस वक्त तावी दे हिस्से जुड़ चुके है माणू के गिलां दे
हेलो 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 अज दे साडे टूरनामेंट की रौनक वधाउण वास्ते साडे सदे ते पहुंचण वाले ने साडे हलके दे मौजूदा MLA मेश इंदर सिंह जी न्याल सिंह वाला असीं उन्हां दा इत्थे पहुंचण ते संत प्रेम सिंह स्पोर्ट क्लब वालों ग्राम पंचायत वालों नगर निवासियों वालों तहे दिलों धन्नवाद करते हैं। हैलो साढ़े जई साहब जी मल्ली बागे पुराने वाले चंद प्रधान सोसायटी काफी मान दे गए ने बोलों तो खुश होके मैं उन्होंने बहुत बहुत धन्नवाद करता है। खोसा रणधीर ते दद्दा होर ये टीमां अपना मुकाबला शुरू कर लैन। खोसा रणधीर ते दद्दा होर का मैच वकीलां वाला ते खुकराणा ये टीमां भाई जी वेटिंग रूम दे विच आ जाओ अगले मैच लई वकीलां वाला ते खुकराणा। खुसर धीर बरसे दद्दा होर दा मैच खेड मैदान दे विच बड़ा तगड़ा खेडिया जाणा। हैलो साडे विच पहुंच रहे ने साडे हलके दे MLA साहब मेश इंदर सिंह जी निहाल सिंह वाला जो कि साडे हलके दे मौजूदा MLA हन साडे सदे ते ओह साडे टूरनामेंट दे विच पहुंचे हन। असीं संत प्रेम सिंह स्पोर्ट क्लब वालों ग्राम पंचायत वालों अते नगर निवासियों वालों इत्थे पहुंचण ते जी आया कहिंदे आ ते धन्नवाद करदे आ। लव खेड मैदान दे विच बड़ा सोहना जिहड़ा मुकाबला खेडिया जा रिहा चौथे राउंड दा पहला मैच खुसर धीर दी टीम जिहड़ी है नहर वाले पासे हो गई ते दद्दा होर दी टीम पिंड वाले पासे हो गई है। खुखराणा ते वकीलां वाले दी टीम नूं बेनती है जल्दी तो जल्दी खेड मैदान दे लागे आ जाण। लाओ सामने देखो ने खेड मैदान दे विच मनप्रीत सिंह मैनू दी पाई होई कबड्डी की भरे गुस्से नौजवान सोरे हिक्का चौड़िया पिर विच आण वड़ गए रेत वांग हरेरी दे शुरू हो गई ते जाफी तूत दे पोछे दे वांग अड़ गए। हुण सभने शेरे दी पाई होई कबड्डी शाम दे सुनहरी दे पल ने लाओ सामने चार जाफी ने रेफरी किथे ने इस टीम दे लई बूटा सिंह किथे रेफरी अपने लाओ खेड मैदान दे विच इक पासे ओही ओ गुरजीत सिंह वाओ नौजवान माड़ी वाला और रेफरी साहब इन्हां नूं बेनती है ग्राउंड दे विच मैच प्ले कीता गया एक पासे रेफरी हैगा दूसरे पासे है नहीं किधर गए ने एक बार दी मिनट लाओ सामने खेड मैदान दे विच बड़ी सोहनी खेड खेडी जा रही है कि तड़के उठ के डंड मारने नित्त ग्राउंडी जाना ताही लोकी गल्लां करदे पाल माले वाला मुंडा बड़ा सियाना एक पासे माले वाला गबरू है दूसरे पासे खोसर धीर वाला छिंदा नहीं टक सकिया खेड मैदान दे विच सोहनी खेड खेडी जा रही है। बेनती है जीता खोसिया वाला हाँ जीता खोसिया वाला सुना कन्नी ते लगे एक पासे लाइन ते फौजिया किधर फिर देर तंदरो तकड़े मैच है तुहानू पता भी दो दो अफिशलां दी पूरी जरूरत है सानू खेड मैदान दे विच संधू दी पाई होई कबड्डी कट के पार मारिया नौजवान ने मार के पुछ है ला उस सामने देखो मनना पैणा है खेड मैदान दे विच चल भी मनप्रीत सिया नौजवान गबरूआ कबड्डी सच्चे पाईशाह मेहर करे इस नौजवान दे उत्ते सोनी खेड चार जाफी कौन इस शूरी मां दे शेर पुत्रों लग पासे फिटू है नौजवान खेड मैदान दे विच किसी बलविंदर फिटू को
ਘੋੜਾ ਲੰਮੀ ਪਾਰੀ ਦਾ ਤੇ ਨਾਲ ਸਭੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ ਖਾਲੀ ਹੱਥ ਗੁਰਲਾਲ ਕਦੇ ਦੇ ਪਿੱਛੇ ਹੁੰਦਾ ਜੀ ਵਾਹੋ ਸੋਹਣਿਆ ਲੱਖ ਲੱਖ ਦੀ ਕੌਡੀ ਤੇ ਜੱਫਾ ਕੱਲੇ ਕੱਲੇ ਦਾ ਕੋਈ ਫੁੱਲ ਨਹੀਂ ਪੈਂਦਾ ਕਾ ਤੂੰ ਚੱਲੇਗਾ ਕਬੱਡੀ ਸ਼ੇਰੇ ਦੀ ਹੈ ਗੁਰਜੀਤ ਸਾਹਮਣੇ ਦੇਖਣਾ ਇੱਕ ਪਾਸੇ ਦੁਨੀਆ ਦੇ ਟਾਪ ਦੇ ਜਾਫੀਆਂ ਦੇ ਵਿੱਚ ਇਸ ਗੱਭਰੂ ਦਾ ਨਾਂ ਹੈ ਤੇ ਦੂਸਰੇ ਪਾਸੇ ਆਦੀ ਪੱਟੂ ਲੱਗਦਾ ਚੰਡਿਆ ਕੋਚ ਸਿਆਣੇ ਦਾ ਕਿ ਡੌਲਾ ਹੱਥ ਨਹੀਂ ਆਉਂਦਾ ਮਾਂ ਦੀ ਮੱਖਣੀ ਖਾਣੇ ਦਾ ਡੌਲਾ ਹੱਥ ਨਹੀਂ ਆਉਂਦਾ ਮਾਂ ਦੀ ਮੱਖਣੀ ਖਾਣੇ ਦਾ ਅਗਲੀਆਂ ਦੋਹੇ ਟੀਮਾਂ ਕਸਕਾਣਾ ਵਰਸੇ ਵਕੀਲਾਂ ਵਾਲਾ ਜਲਦੀ ਤੋਂ ਜਲਦੀ ਆਪਣੀ ਤਿਆਰੀ ਖਿੱਚ ਲੈਣ ਵਕੀਲਾਂ ਵਾਲੇ ਦੀ ਟੀਮ ਮੈਂ ਦੇਖ ਰਿਹਾ ਮਾਸਟਰ ਜੀ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੀ ਹੈ ਖੇਡ ਮੈਦਾਨ ਦੇ ਲਾਗੇ ਵਿਰੋਧੀ ਟੀਮ ਖਖਰਾਣੇ ਨੂੰ ਬੇਨਤੀ ਹੈ ਬਿਲਕੁਲ ਤਿਆਰ ਨੇ ਬੱਬੂ ਹੋਣੀ ਸਾਡੇ ਵੀਰ ਲਓ ਸੰਧੂ ਦੀ ਪੈਂਦੀ ਹੋਈ ਕਬੱਡੀ ਚਾਰੇ ਜਾਤੀ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਨੇ ਦੱਦਾ ਖੂਰ ਦੇ ਲਈ ਅੱਜ ਗੁਰਜੀਤ ਦੇਖਦੇ ਵੀ ਮਾੜੀ ਵਾਲਾ ਪੁੱਜਿਆ ਸ਼ੁਕੰਦਰ ਦਾ ਪਿੰਡ ਲਓ ਸਾਹਮਣੇ ਲਾਲ ਲਾ ਕੇ ਜੱਥੇ ਇਹਨੇ ਧੁੰਮ ਜੀ ਵਜਾਈ ਹੈ ਖੇਡ ਮੈਦਾਨ ਦੇ ਵਿੱਚ ਸੋਹਣੀ ਖੇਡ ਇਸ ਗੱਭਰੂ ਨੇ ਅੱਜ ਦੇਖੇ ਪਿੰਡ ਚ ਦਿਖਾਈ ਹੈ ਲਾਲ ਲਾ ਕੇ ਜੱਫੇ ਯਾਰੋ ਧੁੰਮ ਜੀ ਵਜਾਈ ਹੈ ਲਓ ਅਗਲੀ ਕਬੱਡੀ ਪਾਲ ਨੌਜਵਾਨ ਨੇ ਖੇਡ ਮੈਦਾਨ ਦੇ ਵਿੱਚ ਪੌੜ ਦੇ ਲਈ ਵੱਧ ਚੁੱਕਿਆ ਸੋਹਣੀ ਖੇਡ ਚਾਰ ਜਾਫੀ ਦੁਨੀਆ ਦੇ ਨਕਸ਼ੇ ਦੇ ਉੱਤੇ ਇਹ ਗੱਭਰੂ ਜਿਹੜਾ ਆਪਣੇ ਬਿਲਕੁਲ ਕਦੇ ਵੀ ਸਰੀਰ ਨੂੰ ਲੈ ਕੇ ਪੁੱਜ ਗਿਆ ਇੱਕ ਪਾਸੇ ਛੰਡਾ ਨਹੀਂ ਰਹੀ ਸਾ ਨੌਜਵਾਨਾਂ ਬਲੂਰ ਤੇ ਬਾਲਾ ਕਰਾਂਦਾ ਇਸ ਤੋਂ ਅਗਲਾ ਮੈਚ ਖੇਡਿਆ ਜਾਣਾ ਹੈ ਖੇਡ ਮੈਦਾਨ ਦੇ ਵਿੱਚ ਸੱਚੇ ਪਾਤਸ਼ਾਹ ਮੇਰ ਕਰੇ ਇਸ ਰਾਜਵੰਤ ਦੀ ਜਵਾਨੀ ਦੇ ਉੱਤੇ ਜੈਪਰ ਵਾਲੀਏ ਵੱਡੇ ਸੱਤੇ ਦੇ ਰਹੇ ਨੇ 24 25 ਤੇ 26 ਤਰੀਕ ਦੇ ਸੱਚੇ ਪਾਤਸ਼ਾਹ ਮੇਰ ਕਰੇ ਮੇਰੇ ਵੀਰੋ ਲਾਓ ਸਾਹਮਣੇ ਛੇਰਾ ਰਾਜਵੰਤ ਨੇ ਖੇਡ ਮੈਦਾਨ ਦੇ ਵਿੱਚ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਪ੍ਰਤਾਪ ਸਿੰਘ ਜੀ ਭਾਗਾ ਔਰ ਸਾਡੇ ਵੀਰ ਵੱਡੇ ਮਾਨ ਕਰ ਰਹੇ ਨੇ ਅੱਜ ਦੇ ਇਸ ਕਬੱਡੀ ਦੇ ਮਹਾਂਕੁੰਭ ਦੇ ਵਿੱਚ ਬਲਵੀਰ ਸਿੰਘ ਜੀ ਭੰਗੂ ਸਾਹਿਬ ਸੱਚੇ ਪਾਤਸ਼ਾਹ ਫੇਰ ਕਰੇ ਵੱਡੇ ਮਾਨ ਸਨਮਾਨ ਦੇ ਰਹੇ ਨੇ ਆ ਇੱਕ ਪਾਸੇ ਦੇਖਣਾ ਵੀ ਆ ਨੌਜਵਾਨ ਖੁਸਰ ਧੀਰ ਪਿੰਡ ਵਾਲਾ ਫੈਸਲਾ ਮਨਪ੍ਰੀਤ ਪਿਆਰ ਦੇ ਨਾਲ ਮੰਨਣਾ ਪੈਣਾ 24 25 ਤੇ 26 ਤਰੀਕ ਪਿੰਡ ਜੈਮਲ ਵਾਲੇ ਦੇ ਕਬੱਡੀ ਦੇ ਮਹਾਂਕੁੰਭ ਦੀ ਹੈ ਸਾਰੀਆਂ ਟੀਮਾਂ ਦੇ ਦਰਸ਼ਕ ਵੀਰ ਨੋਟ ਕਰ ਲੈਣ ਲਓ ਸਾਹਮਣੇ ਸੰਧੂ ਦੀ ਪਾਈ ਹੋਈ ਕਬੱਡੀ ਹੈ ਬੜਾ ਵਧੀਆ ਮੈਚ ਦੋਹਾਂ ਟੀਮਾਂ ਦੇ ਵਿੱਚ ਹੈ ਆਓ ਸਾਹਮਣੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਦੇਖਦੇ ਪੰਜਾਬੀ ਸਾਰੇ ਖੜ ਖੜ ਕੇ ਕੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਬਹੁਤ ਹੀ ਸੋਹਣੇ ਮੁਕਾਬਲੇ ਖੇਡੇ ਜਾ ਰਹੇ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਲਦੀ ਹੈ ਸਾਹਮਣੇ ਹੁਣ ਦੇਖਣਾ ਚਾਰੇ ਜਾਫੀ ਪੂਰੀ ਤਿਆਰੀ ਦੇ ਵਿੱਚ ਨੇ ਚੜ੍ਹਦੀ ਜੀ ਜਵਾਨੀ ਹੈ ਤਿੰਨ ਮੋਨੇ ਤੇ ਚੌਥਾ ਗਿਆਨੀ ਹੈ ਹੁਣ ਦੇਖਣਾ ਵੀ ਕੌਣ ਕਿੰਨੇ ਪਾਣੀ ਵਿੱਚ ਪੱਤਾ ਜਾਣਾ ਲੱਗ ਪਈ ਤੇ ਮਾਰ ਮਾਰ ਧੌਲਾ ਹੁਣ ਕੱਢਣਗੇ ਅੱਗ ਪਈ ਕੌਣ ਕਿੰਨੇ ਪਾਣੀ ਵਿੱਚ ਪੱਤਾ ਜਾਣਾ ਲੱਗ ਪਈ ਬਿਲਕੁਲ ਲੱਗਦਾ ਹੋਇਆ ਜੱਫਾ ਇੱਕ ਪਾਸੇ ਪਾਲ ਹੈ ਵਾਹੋ ਸੋਹਣਿਆ ਦਰਸ਼ਕ ਲੱਗ ਗਿਆ ਜੱਫਾ ਤੇ ਭਾਵੀ ਗਿਆ ਟੱਕਿਆ ਸਰਦਾਰ ਆਤਮਾ ਸਿੰਘ ਜੀ ਵੱਡੇ ਘਰ ਵਾਲੇ ਸੀਨੀਅਰ ਮੀਤ ਪ੍ਰਧਾਨ ਨੇ ਯੂਥ ਅਕਾਲੀ ਦਲ ਬਾਦਲ ਸਾਹਿਬ ਦੇ ਜ਼ਿਲ੍ਹੇ ਮੋਗੇ ਵਾਲੇ ਵੱਡੇ ਮਾਨ ਬੋਲਾਂ ਤੋਂ ਖੁਸ਼ ਹੋ ਕੇ ਭੇਜ ਰਹੇ ਨੇ ਲੈ ਪਾਸੇ ਗੁਰਜੀਤ ਹੈ ਆਓ ਸਾਹਮਣੇ ਗੱਭਰੂ ਨੇ ਰੇਲ ਡੱਕਤੀ ਅੱਗੇ ਸਿੱਟ ਕੇ ਕਿੱਕਰ ਦਾ ਗੋਛਾ ਆ ਮੁੰਡਿਆਂ ਨੇ ਰੇਲ ਡੱਕਤੀ ਅੱਗੇ ਸਿੱਟ ਕੇ ਕਿੱਕਰ ਦਾ ਗੋਛਾ ਜੈਮਲ ਵਾਲੇ ਖੁਸ਼ ਨੇ ਕਿ ਥੋੜੇ ਜਿਹੇ ਦਿਨਾਂ ਦੇ ਬਾਅਦ ਆਪਣੇ ਪਿੰਡ ਦੇ ਵਿੱਚ ਵੀ ਮੈਚ ਹੋਣਗੇ ਹੈਲੋ ਗੁਰਬਚਨ ਸਿੰਘ ਜੀ ਸਰਪੰਚ ਸਾਹਿਬ ਸੱਦਾ ਉਹਦੀ ਟੀਮ ਦੇ ਲਈ 500 ਰੁਪਏ ਮਾਨ ਭੇਜਦੇ ਨੇ ਧੰਨਵਾਦ ਕਰੀਏ ਅਮਣਾ ਲੋਕੋ ਨੂੰ ਬੇਨਤੀ ਕਰਦੇ ਆ ਕਿ ਗਰਾਊਂਡ ਦੇ ਵਿੱਚ ਪਹੁੰਚਦਾ ਹੋ ਜੇ ਅਮਣਾ ਲੋਕੋ
अमना लोको ग्राउंड पहुंचा हो जाए अगलिया कमेंट्री सेवा करने वास्ते अमना लोको आदि रहमान अमृतसर भी लोको पिंड वाला खुखराना ते वकीलां वाला अपनी तैयारी आबी अमनदीप राजवाना हेलो ऐ मैच तो अगला मैच जो होगा उस मैच के नाल साडे अज दे मुख मेहमान महेशिंदर सिंह जी न्याल सिंह वाला जान पछाण कर लाओ इसलिए जेड़ा मैच खेड ग्राउंड दे विच शुरू हो चुके एक पासे कहंदे खुकराने दी टीम खेता वाली साइड पुज गई है और दूसरे पासे कहंदे वकीलां वाले दी टीम है ਪਲੂਰ ਤੇ ਮਾਲਾ ਕਲਾ ਭੇਖਾ ਤੇ ਮਾਲਾ ਖੁਰਦ ਇਹ ਚਾਰੇ ਟੀਮਾਂ ਅਗਲੇ ਮੈਚਾਂ ਦੀਆਂ ਖੇਡ ਗਰਾਊਂਡ ਦੇ ਵਿੱਚ ਪਹੁੰਚਣ ਪਲੂਰ ਤੇ ਮਾਲਾ ਕਲਾ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ ਉਸ ਤੋਂ ਬਾਅਦ ਭੇਖਾ ਤੇ ਮਾਲਾ ਖੁਰਦ ਦੀਆਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਅਗਲਾ ਮੈਚ ਖੇਡਿਆ ਜਾਣਾ ਹੈ ਨਾਓ ਜੀ ਬੱਬੂ ਖਖਰਾਣੇ ਵਾਲਾ ਕਬੱਡੀ ਪਾ ਰਿਹਾ ਹੈ ਉਧਰ ਸਿਆਸਤ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਹੈ ਸਰਦਾਰ ਮਹੇਸ਼ਿੰਦਰ ਸਿੰਘ ਦੀ ਨਿਆਲ ਸਿੰਘ ਵਾਲਾ ਜੋ ਐਮਐਲਏ ਨੇ ਹਲਕਾ ਬਾਗਾ ਪ੍ਰਾਣਾ ਤੋਂ ਆਪਣੇ ਸਾਥੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਹੈ ਕਹਿੰਦੇ ਜਗਰਾਉਂ ਦੇ ਲਾਗੇ ਮਲਕ ਪਿੰਡ ਹੈ ਜਗਰਾਉਂ ਦੀ ਰੋਸ਼ਨੀ ਪੂਰੀ ਦੁਨੀਆ ਵਿੱਚ ਮਸ਼ਹੂਰੀ ਆ ਮਸ਼ਹੂਰੀ ਹੈ ਮੇਰੇ ਵੀਰੋ ਜਗਰਾਉਂ ਦੀ ਰੋਸ਼ਨੀ ਦੀ ਖਿਡਾਰੀ ਦੀ ਵੀ ਪੂਰੀ ਮਸ਼ਹੂਰੀ ਹੈ ਨਾਓ ਜੀ ਮਲਕ ਪਿੰਡ ਦਾ ਹਿੱਸਾ ਬਹੁਤ ਤਕੜਾ ਜਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜ ਗਿਆ ਅਗਲੀ ਕਬੱਡੀ ਕੁਲਵੀਰ ਸਿੰਘ ਨਾਓ ਜੀ ਲਾਡੇ ਦਾ ਵੀਰ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਪਸ ਆਇਆ ਕਿ ਛੱਡ ਦੇ ਛੋਟਿਆ ਵੀਰਾ ਕਰਨੀ ਰੀਸ ਸ਼ਰਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਰੱਖਿਆ ਧਾਉਣ ਤੇ ਹੱਥ ਮੇਰੇ ਵੀਰੋ ਤੇ ਪੁਆਇੰਟ ਕੁਲਵੀਰ ਸਿੰਘ ਵਕੀਲਾਂ ਵਾਲ ਪਿੰਡ ਦਾ अपनी टीम लिए जोड़ता है अगली कबड्डी बब्बू नौजन खखरा की धरती का एक जलाल पिंड का दुनिया भर का महान खिलाड़ी है एक पढ़ाने का मशहूर है भलूर ते माला कला अगले मैच दिया दोनों टीम जल्दी ना खेड ग्राउंड पुजन ਭਲੂਰ ਤੇ ਮਾਲਾ ਕਲਾ ਭੇਖਾ ਤੇ ਮਾਲਾ ਖੁਰਦ ਇਹ ਵੀ ਟੀਮਾਂ ਦੇ ਪਲੇਅਰ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਣ ਇਧਰ ਕਹਿੰਦੇ ਸੁਖ ਹਰਦਾਸੇ ਵਾਲਾ ਕਬੱਡੀ ਪਾ ਰਿਹਾ ਹੈ ਸਰਦਾਰ ਸਾਧੂ ਸਿੰਘ ਦਾ ਪੁੱਤਰ ਹੈ ਚਾਰ ਜਾਫੀ ਖੁਕਰਾਣੇ ਦੇ ਬਿਲਕੁਲ ਤਿਆਰ ਨੇ ਉਧਰ ਸਰਦਾਰ ਮਹੇਸ਼ ਸਿੰਘ ਦੀ ਨਿਆਲ ਸਿੰਘ ਵਾਲਾ ਸ਼ਾਸਤ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਹੈ ਮੇਰੇ ਵੀਰੋ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਸਰਕਾਰ ਜੋ ਸ਼ਖੀਅਤ ਪੁੱਜੀ ਹੋਈ ਹੈ ਧੰਨਵਾਦ ਹੈ।